ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਜਗਰਾਉਂ ਦੇ ਵਿੱਚ 6 ਕਰੋੜ ਦੇ ਨਾਲ ਬਣੇ ਜੱਚਾ ਬੱਚਾ ਕੇਂਦਰ ਦਾ ਉਦਘਾਟਨ ਕੀਤਾ ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਜਗਰਾਉਂ ਮੂੰਗੀ ਦੀ ਹੱਬ ਬਣ ਚੁੱਕਿਆ ਹੈ ਮੂੰਗੀ ਦੇ ਅਗਲੇ ਸੀਜ਼ਨ ਸਮੇਂ ਇਸ ਫਸਲ ਤੇ ਐਮਐਸਪੀ ਦਾ ਅਗਾਊਂ ਐਲਾਨ ਕੀਤਾ ਜਾਵੇਗਾ ਤਾਂ ਜੋ ਕਿਸਾਨ ਇਸ ਨੂੰ ਬਦਲਵੀਂ ਫਸਲ ਦੇ ਵਜੋਂ ਅਪਣਾ ਸਕਣ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਸੁਪਨਾ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਦਾ ਹੈ ਇਸ ਲਈ ਪਹਿਲੇ 6 ਮਹੀਨੇ ਦੇ ਵਿੱਚ ਹੀ ਕੋਸ਼ਿਸ਼ ਆਰੰਭ ਕਰ ਦਿੱਤੀਆਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ 9 ਮੈਡੀਕਲ ਕਾਲਜ ਨੇ ਜਦਕਿ 16 ਹੋਰ ਬਣਾਉਣ ਦਾ ਟੀਚਾ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਸਤੂਆਣਾ ਸਾਇਵਿਕ ਮੈਡੀਕਲ ਕਾਲਜ ਖੁੱਲ ਰਿਹਾ ਹੈ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਮੈਡੀਕਲ ਕਾਲਜ ਖੋਲ੍ਹਣ ਦੇ ਨਕਸ਼ੇ ਬਣ ਚੁੱਕੇ ਨੇ ਮੂੰਗੀ ਦਾ ਥੋੜਾੇ ਲੇਟ ਹੋ ਗਿਆ ਸੀ ਕਿਉਂਕਿ ਸਰਕਾਰ ਲੇਟ ਬਣੀ ਐਸ ਵਾਰ ਮੂੰਗੀ ਨੂੰ ਵੀ ਇੱਕ ਬਦਲਵੀਂ ਫਸਲ ਦੇ ਤੌਰ ਤੇ ਤੇ ਐਮਐਸਪੀ ਦੇ ਕੇ ਕਿਉਂਕਿ ਜਗਰਾਉਂ ਮੂੰਗੀ ਦੀ ਹੱਬ ਹੈ ਇੱਥੇ ਵੀ ਜਿਹੜਾ ਅਸੀਂ ਮੂੰਗੀ ਦਾ ਜਿਹੜਾ ਆਉਣ ਵਾਲੇ ਦਿਨਾਂ 'ਚ ਤੀਜੀ ਫਸਲ ਦੇ ਤੌਰ ਤੇ ਉਹਨੂੰ ਅਸੀਂ ਪ੍ਰਮੋਟ ਕਰਾਂਗੇ ਤੇ ਐਮਐਸਪੀ ਲੈ ਲੱਗ ਤੇ ਚੱਕਾਂਗੇ ਹੁਣ ਤੱਕ ਕਲਮੇ ਪਠਾਨਕੋਟ ਗਿਆ ਸੀ ਹੁਣ ਤੱਕ 112 ਲੱਖ 46000 670 ਮੀਟ्रिक टन ਝੋਨਾ ਪੰਜਾਬ ਦੀਆਂ ਮੰਡੀਆਂ ਚ ਆ ਗਿਆ 112 ਲੱਖ 46000 ਉਹਦੇ ਚੋਂ 110 ਲੱਖ ਤੋਂ ਵੱਧ ਪ੍ਰਕਿਊਰ ਹੋ ਗਿਆ ਤੇ 90 ਲੱਖ ਦੇ ਲਗਭਗ ਲਿਫਟ ਹੋ ਗਿਆ ਤੇ 24 ਘੰਟਿਆਂ ਚ ਪੈਸੇ ਮਿਲਦੇ ਨੇ ਹੁਣ ਤੱਕ 18660 ਕਰੋੜ ਰੁਪਇਆ ਅਸੀਂ ਕਿਸਾਨਾਂ ਨੂੰ ਦੇ ਚੁੱਕੇ ਹਾਂ ਸਿੱਧੇ ਉਦਘਾਟਨ ਕੀਤੇ ਜੱਚਾ ਬੱਚਾ ਹਸਪਤਾਲ ਦੇ ਵਿੱਚ ਸਟਾਫ ਦੀ ਘਾਟ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਟਾਫ ਪੂਰਾ ਹੋਵੇਗਾ ਕਿਉਂਕਿ ਸਰਕਾਰ ਛੇਤੀ ਹੀ ਸਿਹਤ ਮੈਕਮੇ ਦੇ ਵਿੱਚ ਨਵੀਆਂ ਭਰਤੀਆਂ ਕਰਨ ਜਾ ਰਹੀ ਹੈ। ਉਹਨਾਂ ਪ੍ਰਸ਼ਾਸਨ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ਖੁਦ ਕਿਸੇ ਵੀ ਸਮੇਂ ਚੈੱਕ ਕਰਨ ਲਈ ਆ ਸਕਦੇ ਨੇ। ਯਾਨੀ ਕਿ ਮੁੱਖ ਮੰਤਰੀ ਆਪ ਕਹਿੰਦੇ ਕਿਸੇ ਵੀ ਸਮੇਂ ਮੈਂ ਚੈੱਕ ਕਰਨ ਲਈ ਆ ਸਕਦਾ ਹਾਂ। ਸੀਐਮ ਨੇ ਕਿਹਾ ਕਿ ਸਰਕਾਰ ਯਕੀਨੀ ਬਣਾ ਰਹੀ ਹੈ ਕਿ ਪੰਜਾਬ ਦੇ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਤੇ ਹਲਕਾ ਵਿਧਾਇਕ ਸਰਬਜੀਤ ਕੌਰ ਮਣਕੂਤ ਜਿਹੜੇ ਉਸ ਇਸਤਾਨਕ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਕੁਝ ਹੋਰ ਵਿਧਾਇਕ ਵੀ ਹਾਜ਼ਰ ਸਨ ਜਿਹੜੇ ਕਰੋਨਾ ਯੋਧੇ ਜਿਨ੍ਹਾਂ ਨੂੰ ਕਹਿੰਦੇ ਸੀਗੇ ਉਹ ਉਹ ਮੇਰੇ ਕੋਲੇ ਰੋਜ਼ ਆਉਂਦੇ ਨੇ ਕਿ ਸਾਨੂੰ ਪਹਿਲਾਂ ਤਾਂ ਜੀ ਅਸਤੀਫੇ ਦਿਵਾ ਕੇ ਇੱਥੇ ਰੱਖ ਲਿਆ ਹੁਣ ਕਹਿੰਦੇ ਤੁਸੀਂ ਜਾਓ ਕਰੋਨਾ ਤੇ ਅਸੀਂ ਜਿੱਤ ਲਈ ਫਤਿਹ ਪਾ ਲਈ ਸੋ ਇੱਥੇ ਸਟਾਫ ਪੂਰਾ ਹੋਊਗਾ ਪੂਰਾ ਸਟਾਫ ਜਿਹੜਾ ਹੈ ਉਹ ਪੂਰਾ ਹੋਊਗਾ ਆਉਣ ਵਾਲੇ ਦਿਨਾਂ 'ਚ ਅਸੀਂ ਮੈਡੀਕਲ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਉਹ ਕੱਢ ਰਹੇ ਆ ਡਿਜ਼ਰਵਿੰਗ ਪੋਸਟਾਂ ਜਿਹੜੀਆਂ ਬੱਚਿਆਂ ਦੇ ਟੈਸਟ ਹੋਣਗੇ ਕੋਈ ਰਿਸ਼ਵਤ ਨਹੀਂ ਹੋਊਗੀ ਕੋਈ ਪੇਪਰ ਲੀਕ ਨਹੀਂ ਹੋਊਗਾ ਔਰ ਜਿਹੜੇ ਬੱਚੇ ਡਿਜ਼ਰਵ ਕਰਦੇ ਹੋਣਗੇ ਮੁੰਡੇ ਕੁੜੀਆਂ ਜਿਹੜੇ ਮੈਡੀਕਲ ਲਾਈਨ ਦੇ ਵਿੱਚ ਹੈਗੇ ਨੇ ਉਹਨਾਂ ਉਹਨਾਂ ਦੇ ਵਿੱਚੋਂ ਹੀ ਇੱਥੇ ਉਹਨਾਂ ਨੂੰ ਪੋਸਟ ਕੀਤਾ ਜਾਊਗਾ ਕਿਉਂਕਿ ਹਸਪਤਾਲ ਬਣਾਉਣ ਦਾ ਉਹਨਾਂ ਚਿਰ ਕੋਈ ਫਾਇਦਾ ਨਹੀਂ ਜਿੰਨਾ ਚਿਰ ਉਥੇ ਸਟਾਫ ਨਹੀਂ ਹੈਗਾ ਅਸੀਂ ਕੋਈ ਬਿਲਡਿੰਗ ਦਾ ਦੁਕਰਨ ਨਹੀਂ ਕਰਨਾ ਹੈ ਇੱਕ ਚਾਲੂ ਹਸਪਤਾਲ ਦਾ ਦੁਕਰਨ ਕਰਨਾ ਹੈ ਜਗਰਾਉਂ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਾਲੀਆਂ ਚੰਡੀਆਂ ਦੇ ਨਾਲ ਵੀ ਸਵਾਗਤ ਕੀਤਾ ਗਿਆ ਦਰਅਸਲ ਪੰਜਾਬ ਭਰ ਦੇ ਵਿੱਚੋਂ ਇਕੱਠੇ ਹੋਏ ਜੀਓਜੀ ਯਾਨੀ ਕਿ ਗਾਰਡੀਅਨਸ ਆਫ ਗਵਰਨੈਂਸ ਇਹਨਾਂ ਨੇ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਹਾਲਾਂਕਿ ਪੁਲਿਸ ਨੇ ਸੇ ਬੰਨ ਕੇ ਇਹਨਾਂ ਸਾਰਿਆਂ ਨੂੰ ਬੱਸ ਸਾਡੇ ਤੇ ਰੋਕ ਦਿੱਤਾ ਸੀ ਜਿਸ ਕਰਕੇ ਜੀਓਜੀ ਨੇ ਪੁਲਿਸ ਦਾ ਵਿਰੋਧ ਵੀ ਕੀਤਾ ਕਾਲੀਆਂ ਚੰਡੀਆਂ ਨੂੰ ਆਪਣੀਆਂ ਪੱਗਾਂ ਤੇ ਬੰਨ ਲਿਆ ਅਤੇ ਮੁੱਖ ਮੰਤਰੀ ਖਿਲਾਫ ਰੋਸ ਮੁਜ਼ਾਹਰਾ ਕੀਤਾ ਅਸਤੀ ਆਜ਼ਾਦੀ ਨੂੰ ਲੈ ਕੇ ਪ੍ਰਸ਼ਾਸਨ ਤੇ ਸਵਾਲ ਚੁੱਕੇ ਅਤੇ ਮੁੱਖ ਮੰਤਰੀ ਦੇ ਪ੍ਰੋਗਰਾਮ ਦਾ ਬਾਈਕਾਟ ਕਰ ਦਿੱਤਾ ਕਿਉਂਕਿ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ ਮੀਡੀਆ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਪਰ ਫਿਰ ਜਗਰਾਉਂ ਪੁਲਿਸ ਦੇ ਮਨਾਉਣ ਤੇ ਇੱਕ ਵਾਰੀ ਤਾਂ ਮੀਡੀਆ ਮੰਨ ਗਿਆ ਪਰ ਇਸ ਤਰੀਕੇ ਦੇ ਨਾਲ ਮੀਡੀਆ ਦੇ ਅਣਦੇਖੀ ਕਰਨਾ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਕਰਦਾ ਹੈ ਇਸ ਮੌਕੇ ਜੀਓਜੀ ਨੇ ਖੁੱਲ ਕੇ ਕਿਹਾ ਕਿ ਮੁੱਖ ਮੰਤਰੀ ਲਗਾਤਾਰ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਲਾਰੇ ਲਾ ਰਹੇ ਨੇ ਉਹਨਾਂ ਦੇ ਮੰਤਰੀ ਤਾਂ ਇਹ ਵੀ ਕਹਿ ਰਹੇ ਨੇ ਕਿ ਜੀਓਜੀ ਨੇ ਹੁਣ ਤੱਕ ਪੰਜਾਬ ਦੇ ਲਈ ਕੀਤਾ ਕੀ ਹੈ ਇਸ ਕਰਕੇ ਉਹ ਕਾਲੀਆਂ ਝੰਡੀਆਂ ਲੈ ਕੇ ਮੁੱਖ ਮੰਤਰੀ ਨੂੰ ਮੰਗਾ ਯਾਦ ਕਰਵਾਉਣ ਆਏ ਨੇ ਅਸਲ ਸੂਬਾ ਸਰਕਾਰ ਨੇ ਗਾਰਡੀయన్స్ ਆਫ ਗਵਰਨੈਂਸ ਸਕੀਮ ਨੂੰ ਖਤਮ ਕਰ ਦਿੱਤਾ ਹੈ 1 ਨਵੰਬਰ ਤੋਂ ਇਹ ਖਤਮ ਹੋ ਚੁੱਕੀ ਹੈ ਇਸ ਨੂੰ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੇ ਬੜੇ ਧੂਮਤਾਂ ਦੇ ਨਾਲ ਸ਼ੁਰੂ ਕੀਤਾ ਸੀ ਤੇ ਇਹ ਸਕੀਮ ਦੇ ਖਤਮ ਹੋਣ ਨਾਲ ਪੰਜਾਬ ਦੇ ਵਿੱਚ 4300 ਸਾਬਕਾ ਫੌਜੀ ਬੇਰੁਜ਼ਗਾਰ ਹੋ ਜਾਣਗੇ ਪਟਿਆਲਾ ਦੇ ਵਿੱਚ 1 ਨਵੰਬਰ ਨੂੰ ਪੰਜਾਬੀ ਸੂਬਾ ਦਿਵਸ ਮਨਾਇਆ ਗਿਆ ਇਸ ਮੌਕੇ ਪੰਜਾਬੀ ਮਹੀਨਾ 2022 ਦਾ ਉਦਘਾਟਨ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤਹੇਰ ਨੇ ਕੀਤਾ ਪਹਿਲਾਂ ਇਹ ਪ੍ਰੋਗਰਾਮ ਸੀ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸੂਬਾ ਪਦਰੀ ਸਮਾਗਮ ਦੇ ਵਿੱਚ ਖੁਦ ਪਹੁੰਚਣਾ ਸੀ ਪਰ ਮੁੱਖ ਮੰਤਰੀ ਵੀ ਨਹੀਂ ਪਹੁੰਚੇ ਪਰ ਜਿਹੜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਹੇਰ ਪਹੁੰਚੇ ਉਹ ਵੀ 2.5 ਘੰਟਿਆਂ ਦੀ ਦੇਰੀ ਦੇ ਨਾਲ ਪਹੁੰਚੇ ਸਰਕਾਰ ਦੇ ਸਰਵਈਏ ਦੇ ਕਾਰਨ ਡੈਲੀਗੇਟ ਤੇ ਲੇਖਕ ਕਾਫੀ ਪਰੇਸ਼ਾਨ ਹੋਏ ਮੰਤਰੀ ਮੀਤਹੇਰ ਨੇ ਕਿਹਾ ਕਿ ਭਾਸ਼ਾ ਵਿਭਾਗ ਦੇ ਵਿੱਚ ਖਾਲੀ ਅਸਾਮੀਆਂ ਬਹੁਤ ਛੇਤੀ ਭਰ ਦਿੱਤੀਆਂ ਜਾਣਗੀਆਂ ਪੰਜਾਬੀ ਲਾਗੂ ਕਰਨ ਦੇ ਲਈ ਸਰਕਾਰ ਅਹਿਮ ਕਦਮ ਚੁੱਕ ਰਹੀ ਹੈ ਪੰਜਾਬ ਦੀਆਂ ਅਦਾਲਤਾਂ ਵਿੱਚ ਪੰਜਾਬੀ ਲਾਗੂ ਕਰਨ ਦੇ ਲਈ ਲੋੜੀਂਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਦਿਨ ਆਸੀਂ ਜਿਹੜੀ ਲੁਧਿਆਣਾ ਦੀ ਖਬਰ ਤੁਹਾਨੂੰ ਦੱਸੀ ਸੀ ਜਿੱਥੇ ਜਿਹੜੇ ਜਿਹੜੇ ਸੜਕਾਂ ਦੇ ਉੱਤੇ ਕੰਦਾਂ ਦੇ ਉੱਤੇ ਮਾਫ ਕਰਨਾ ਸੜਕਾਂ ਦੇ ਨਾਲ ਜਿਹੜੀਆਂ ਕੰਦਾਂ ਜਾਂਦੀਆਂ ਨੇ ਪੁਲ ਵਾਲੀਆਂ ਕੰਦਾਂ ਉਹਨਾਂ ਦੇ ਉੱਤੇ ਜਿਹੜੇ ਸਲੋਗਨ ਲਿਖੇ ਗਏ ਸੀ ਉਹਨਾਂ ਦੇ ਵਿੱਚ ਪੰਜਾਬੀ ਦਾ ਨਾਮ ਉਹ ਨਿਸ਼ਾਨ ਨਹੀਂ ਸੀ ਪੂਰੇ ਪੂਰੇ ਹਿੰਦੀ ਦੇ ਵਿੱਚ ਲਿਖੇ ਹੋਏ ਸਨ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਪੰਜਾਬੀ ਯੂਨੀਵਰਸਿਟੀ ਤੇ ਹਰਿਆਣਾ ਪੰਜਾਬੀ ਸਾਇਤ ਅਕਾਦਮੀ ਪੰਚਕੂਲਾ ਦੇ ਵੱਲੋਂ ਕਰਵਾਈ ਗਈ ਦੋ ਰੋਜ਼ਾ ਸਰਭਾਰਤੀ ਪੰਜਾਬੀ ਕਾਨਫਰੰਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਕੰਮਕਾਜ ਨੂੰ ਪੰਜਾਬੀ ਵਿੱਚ ਕਰਨ ਸਮੇਤ ਸਰਕਾਰੀ ਨੌਕਰੀਆਂ ਦੇ ਵਿੱਚ ਭਰਤੀ ਸਮੇਂ ਪੰਜਾਬੀ ਭਾਸ਼ਾ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਨੌਕਰੀ ਲਈ ਯੋਗ ਮੰਨਣ ਦੇ ਇਤਿਹਾਸਿਕ ਫੈਸਲੇ ਲਏ ਗਏ ਨੇ ਅਤੇ ਪੰਜਾਬੀ ਦੇ ਲਈ ਇੱਕ ਵੱਡਾ ਕੰਮ ਕੀਤਾ ਗਿਆ ਹੈ